ਹਰਦੀ ਸੁਸ਼ਮિતા ਸੈਨ ਨੇ ਵਿਸ਼ਵ ਸੁੰਦਰੀ ਚੁਣੇ ਜਾਣ ਉਪਰੰਤ ਕਵਾਰੀ ਹੁੰਦਿਆਂ ਹੀ 24 ਸਾਲ ਦੀ ਉਮਰ 'ਚ ਇੱਕ ਲੜਕੀ ਗੋਦ ਲੈ ਲਈ ਸੀ ਸਹੇਲੀਆਂ ਨੇ ਰੋਕਿਆ ਰਿਸ਼ਤੇਦਾਰਾਂ ਨੇ ਮਨਾ ਕਰਦਿਆਂ ਕਿਹਾ ਸੀ ਪਾਗਲ ਹੋ ਗਈ ਹੈ ਜਾਨੂਆ ਨੇ ਸੁਚੇਤ ਕੀਤਾ ਐਵੇਂ ਤੇਰਾ ਵਿਆਹ ਨਹੀਂ ਹੋਏਗਾ ਕੌਣ ਵਿਆਹ ਕਰੇਗਾ ਤੇਰੇ ਨਾਲ ਜੱਜ ਨੇ ਲੜਕੀ ਗੋਦ ਲੈਣ ਦੀ ਕਾਨੂੰਨੀ ਪਰਵਾਨਗੀ ਦੇਣ ਤੋਂ ਪਹਿਲਾਂ ਸੁਸ਼ਮિતા ਸੈਨ ਦੇ ਪਿਤਾ ਨੂੰ ਪੁੱਛਿਆ ਕਿ ਤੁਹਾਨੂੰ ਆਪਣੀ ਧੀ ਦੇ ਇਸ ਫੈਸਲੇ ਦੀ ਕੋਈ ਚਿੰਤਾ ਨਹੀਂ ਇਸ ਹਾਲਤ ਵਿੱਚ ਕੀ ਇਹਦੇ ਵਿਆਹ 'ਚ ਮੁਸ਼ਕਲ ਨਹੀਂ ਆਏਗੀ ਪਿਤਾ ਨੇ ਕਿਹਾ ਸੀ ਨਹੀਂ ਕੋਈ ਚਿੰਤਾ ਨਹੀਂ ਹੁਣ ਮੈਂ ਨਿਸ਼ਚਿੰਤ ਹੋ ਕੇ ਸੌ ਸਕਾਂਗਾ ਕਿਉਂਕਿ ਹੁਣ ਕੋਈ ਸੂਝਵਾਨ ਤੇ ਚੰਗਾ ਬੰਦਾ ਹੀ ਮੇਰੀ ਧੀ ਨਾਲ ਵਿਆਹ ਕਰਾਏਗਾ ਕਮਜ਼ੋਰ ਤੇ ਭੈੜੇ ਦੂਰ ਹੀ ਰਹਿਣਗੇ ਧੰਨਵਾਦ